ਕਰੋ ਯਾਰ। ਮਾਨ ਸਾਹਿਬ, ਇਹ ਮਾਨ ਸਾਹਿਬ, ਇਹ ਭਗਵੰਤ ਮਾਨ ਜੀ, ਸਰ ਇੱਧਰ ਆਇਓ ਜਰਾ ਕਿ ਇੱਕ ਮਿੰਟ, ਇੱਕ ਗੱਲ ਸੁਣਿਓ, ਇੱਕ ਕੁਐਸਚਨ ਦਾ ਜਵਾਬ ਤਾਂ ਦੇ ਦਿਓ। ਉਹ ਯਾਰ, ਅੰਮ੍ਰਿਤਪਾਲ ਦੇ ਮਾਂ ਪਿਓ ਦਾ ਕੀ ਕਸੂਰ ਸੀ? ਪੰਜਾਬ ਦੇ ਮੁੱਖ ਮੰਤਰੀ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਇੱਕ ਸ਼ਰਧਾਲੂ ਨੇ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲਿਆ ਤੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਧੀ NSA ਦਾ ਜ਼ਿੰਮੇਵਾਰ ਕੌਣ ਹੈ? ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕਰੋ ਯਾਰ। ਮਾਨ ਸਾਹਿਬ, ਇਹ ਮਾਨ ਸਾਹਿਬ, ਇਹ ਭਗਵੰਤ ਮਾਨ ਜੀ, ਸਰ ਇੱਧਰ ਆਇਓ ਜਰਾ ਕਿ ਇੱਕ ਮਿੰਟ, ਇੱਕ ਗੱਲ ਸੁਣਿਓ, ਇੱਕ ਕੁਐਸਚਨ ਦਾ ਜਵਾਬ ਤਾਂ ਦੇ ਦਿਓ। ਉਹ ਯਾਰ, ਅੰਮ੍ਰਿਤਪਾਲ ਦੇ ਮਾਂ ਪਿਓ ਦਾ ਕੀ ਕਸੂਰ ਸੀ? ਆਈ ਹੈਵ ਟੂ ਰਾਈਟ ਆਪਣੀ ਮਰਜ਼ੀ ਨਾਲ ਦੱਸਾਂ ਹੀ ਮਿਲ ਕੇ ਆਏ ਚੰਗੀ ਤਰ੍ਹਾਂ ਸਾਰੇ ਲੇਡੀਜ਼ਾਂ ਨੂੰ। ਨਹੀਂ, ਕਮ ਸੇ ਕਮ ਜੇ ਕੋ ਸਿੰਪਲ ਸਿਟੀਜ਼ਨ ਗੱਲ, ਮੇਰੀ ਕੋ ਮੇਰਾ ਤਾਂ ਕੋਈ ਇਸ਼ੂ ਥੋੜਾ ਸਰ, ਬੀਇੰਗ ਸਿੱਖ, ਅਗਰ ਕੋਈ ਡਿਕਟੇਟਰਸ਼ਿਪ ਤਾਂ ਨਹੀਂ ਨਾ ਕਰਨੀ? ਕੁਐਸਚਨ ਦੇ ਤੁਹਾਡੇ ਕੋਲ ਜਵਾਬ ਤਾਂ ਹੈ ਨਹੀਂ, ਤੇ ਤੁਸੀਂ ਸਾਰੇ ਉਹਨੂੰ ਪ੍ਰੋਟੈਕਟ ਕਰਨ ਤੇ ਲੱਗੇ ਹੋਏ ਜੇ। ਇਟ ਇਜ਼ ਵੈਰੀ ਸ਼ੇਮਫੁਲ ਫਾਰ ਯੂ ਸਰ। ਪ੍ਰੋਬਲਮ ਕੋਈ ਨਹੀਂ ਹੈਗੀ, ਲਾਰੈਂਸ ਬਿਸਲੋਈ ਤੇ ਜੇਲ੍ਹ ਦੇ ਵਿੱਚ ਉਹ ਦਿੰਦਾ ਵਾ ਆਪਣੀ ਇੰਟਰਵਿਊ, ਉਹਨੂੰ ਤਾਂ ਤੁਸੀਂ ਟਰੇਸ ਨਹੀਂ ਕਰ ਸਕੇ। ਤੇ ਅੰਮ੍ਰਿਤਪਾਲ ਦੇ ਮਾਂ ਪਿਓ ਤੇ ਵੀ 57 ਲਾ ਕੇ ਅੰਦਰ, ਤੇ ਉਹਦੇ ਬੱਚਿਆਂ ਨੂੰ ਵੀ, ਤੇ ਆਪ ਤੁਸੀਂ ਉਹਦੇ ਨਾਲ ਕੋ ਸਿੱਧੂ ਮੂਸੇਵਾਲ ਦੇ ਪਿਓ ਨੂੰ ਵੀ ਪੁੱਛ ਰਹੇ ਆ ਕਿ ਆਪਣਾ IVA ਟੈਸਟ ਕਰਵਾਓ। ਤੁਸੀਂ ਵੀ ਤਾਂ ਓਲਡ ਪਰਸਨ ਹੋ, ਤੁਹਾਡੇ ਘਰ ਵੀ ਤਾਂ ਬੇਟੀ ਨੇ ਜਨਮ ਲਿਆ, ਤੁਸੀਂ ਕਿਸੇ ਦੇ ਪਰਸਨਲ ਇਸ਼ੂ ਪਬਲਿਕ ਪਲੇਟਫਾਰਮ 'ਤੇ ਰੇਸ ਕਰਦੇ ਹੋ। ਇਟ ਇਜ਼ ਵੈਰੀ ਸ਼ੇਮਫੁਲ ਫਾਰ ਯੂ।